ਜਸਵਿੰਦਰ ਕੁਮਾਰ, ਹਾਂਜੀ 72 ਕਿੰਨੀ ਉਮਰ ਹੈ ਤੁਹਾਡੀ? 72 ਸਾਲ, 72 ਸਾਲ। ਤੁਹਾਡਾ ਆਪਰੇਟ ਕਦੋਂ ਹੋਇਆ ਗੋਡੇ ਦਾ? 18 'ਚ। 2018 'ਚ? ਉਸ ਤੋਂ ਪਹਿਲਾਂ ਤੁਹਾਨੂੰ ਕਿੰਨੀ ਕੁ ਦਿੱਕਤ ਸੀ? ਤੁਹਾਨੂੰ ਇਹ ਹਿਸਾਬ ਲਾ ਲਓ ਵੀ ਮੈਂ ਇੱਥੋਂ ਵੀ ਬਾਹਰ ਵੀ ਜਾਣਾ ਹੋਵੇ ਤਾਂ ਛੁੱਟੀ ਫੜ ਕੇ ਜਾਣਾ। ਅੱਛਾ। ਇੰਨੀ ਜ਼ਿਆਦਾ ਤਕਲੀਫ ਹੁੰਦੀ ਜੀ, ਗੋਡੇ ਕੜ ਕੜ ਕਰਦੇ ਸੀ ਅਤੇ ਦਰਦ ਬਹੁਤ ਜ਼ਿਆਦਾ ਹੁੰਦੀ ਸੀ। ਠੀਕ ਹੈ। ਅਤੇ ਜਦੋਂ 2018 'ਚ ਤੁਹਾਡੇ ਦੋਨੋਂ ਗੋਡਿਆਂ ਦਾ ਆਪਰੇਟ ਹੋਇਆ ਕਿ ਦੋਨੇ ਦੋਨੇ ਦੋਨਾਂ ਦਾ, ਉਸ ਤੋਂ ਬਾਅਦ ਕਿੰਨਾ ਫਰਕ ਪਿਆ? ਬਹੁਤ ਜ਼ਿਆਦਾ। ਅੱਛਾ। ਕਿੰਨੇ ਕੁ ਚੱਲ ਫਿਰ ਕਿੱਦਾਂ ਕੁ ਪਾਉਂਦੇ ਹੋ? ਮੈਂ 4-5 ਕਿਲੋਮੀਟਰ ਚੱਲ ਰਿਹਾ ਰੋਜ਼ਾਨਾ। ਰੋਜ਼ਾਨਾ ਸਵੇਰੇ ਸਵੇਰੇ। ਠੀਕ ਹੈ। ਕੋਈ ਦਿੱਕਤ ਆਉਂਦੀ ਹੋਵੇ ਤੁਹਾਨੂੰ? ਕੋਈ ਦਿੱਕਤ ਨਹੀਂ। ਠੀਕ ਹੈ। ਅਤੇ ਉਸ ਤੋਂ ਪਹਿਲਾਂ ਭਾਰ ਕਿੰਨਾ ਸੀ ਆਪਣਾ 2018 'ਚ? 2018 ਤੋਂ ਪਹਿਲਾਂ ਸੀਗਾ ਜੀ 1 ਕੁਇੰਟਲ ਅਤੇ 4 ਕਿਲੋ। 1 ਕੁਇੰਟਲ 4 ਕਿਲੋ। ਜਿੱਦਣ ਆਪਰੇਸ਼ਨ ਕਰਾਇਆ ਉਦਣ ਸੀ 90 ਕਿਲੋ। ਠੀਕ ਹੈ। ਅਤੇ ਅੱਜ ਮੇਰਾ 76-76 ਦੇ ਕਰੀਬ ਹੈ। ਠੀਕ ਹੈ। ਮਤਲਬ ਬਹੁਤ ਫਰਕ ਪੈ ਗਿਆ। ਹਾਂਜੀ। ਠੀਕ। ਦਰਦ ਕੋਈ ਦਿੱਕਤ ਆਉਂਦੀ ਹੋਵੇ? ਕੋਈ ਦਿੱਕਤ ਨਹੀਂ ਆਉਂਦੀ, ਕੋਈ ਦਰਦ ਨਹੀਂ ਹੁੰਦੀ। ਸਿਰਫ ਉਹ ਕੋਈ ਦਰਦ ਹੁੰਦੀ ਆ ਵੀ ਪੈਰ ਸੁੰਨ ਹੋ ਜਾਂਦੇ ਨੇ ਅਤੇ ਏਡੀ ਜਿਹੜੀ ਆ ਉਹ ਦਰਦ।